ਹਾਂਜੀ ਦੋਸਤੋ ਸਵਾਗਤ ਹੈ ਜੀਤਾ ਸਟੱਡ ਫਾਰਮ ਯੂਟਿਊਬ ਚੈਨਲ ਦੇ ਉੱਤੇ ਤੇ ਜਿਹੜੇ ਵੀਰ ਫੇਸਬੁੱਕ ਤੇ ਜੁੜੇ ਉਹਨਾਂ ਦਾ ਵੀ ਸਵਾਗਤ ਆ ਤੇ ਦੋਸਤੋ ਜਗਰਾਉਂ ਮੰਡੀ ਜੋ 25 ਜਨਵਰੀ ਨੂੰ ਅੱਜ ਆਪਾਂ ਵੀਡੀਓ ਪਾ ਰਹੇ ਆ ਮੰਡੀ ਵੈਸੇ ਤਾਂ 26 ਜਨਵਰੀ ਤੋਂ 3 ਮਾਰਚ ਤਾਂ ਹੀ ਸਾਰੇ ਵੀਰਾਂ ਨੂੰ ਅਪਡੇਟ ਦੇ ਦਈਏ ਆਪਾਂ ਤੇ ਮੰਡੀ ਵਿੱਚ ਅੱਜ ਤੋਂ ਹੀ ਮਾਲ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਮੰਡੀ ਕਾਫੀ ਜ਼ਿਆਦਾ ਹੱਦ ਤੋਂ ਹੀ ਭਰ ਜਾਂਦੀ ਹੈ ਤੇ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਬਹੁਤ ਨਾਮੇ ਘੋੜੇ ਵਪਾਰੀ ਵੇਚਣ ਵਾਸਤੇ ਜਾਨਵਰ ਬੱਚੇ ਬੱਚੀਆਂ ਘੋੜੀਆਂ ਸਾਰੇ ਤਰ੍ਹਾਂ ਦਾ ਮਾਲ ਆਉਂਦਾ ਹੈ ਨਾ ਤੇ ਬੈਠਣ ਲਈ ਜਾਨਵਰ ਨਹੀਂ ਮਿਲਦਾ ਆ ਜਾਓ ਤੁਹਾਨੂੰ ਇੱਕ ਵਾਰ ਨਜ਼ਰ ਮਰਾ ਦਾਂ ਮੰਡੀ ਦੀ ਵੀ ਕਿਵੇਂ ਤਿਆਰੀਆਂ ਚੱਲ ਰਹੀਆਂ ਦੇਖੋ ਆਹ ਸ਼ੈੱਡ ਆ ਜ਼ਿਆਦਾਤਰ ਵਪਾਰੀ ਸ਼ੈੱਡਾਂ ਵਿੱਚ ਬਹਿੰਦਾ ਉਹ ਜਾਨਵਰ ਵੀ ਆਏ ਹੋਏ ਆ ਤੇ ਜੀਤਾ ਸਟੱਡ ਫਾਰਮ ਪਿੰਡ ਰਸੂਲਪੁਰ ਮੱਲਾ ਜ਼ਿਲ੍ਹਾ ਲੁਧਿਆਣੇ ਦਾ ਅੱਜ ਪਹਿਲਾ ਟਰੱਕ ਆਇਆ ਤੇ ਤੁਹਾਨੂੰ ਅਨਲੋਡਿੰਗ ਦਾ ਬਲੌਗ ਪਾਉਣ ਲੱਗੇ ਆ ਅਨਲੋਡਿੰਗ ਵਿੱਚ ਜਾਨਵਰ ਦਿਖਾਉਂਦੇ ਆ ਤੇ ਦਿਖਾਉਂਦੇ ਆ ਕੀ ਕੀ ਚੀਜ਼ ਆ ਬੱਚੇ ਬੱਚੇ ਨਾਲ ਦੀ ਨਾਲ ਡਿਟੇਲ ਦਿੰਦੇ ਆ ਤੇ ਜੁੜੇ ਰਹੋ ਜੀ ਵੀਡੀਓ ਨਾਲ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਕਰੋ ਤਾਂ ਜੋ ਸਾਂਦਰਾ ਹੌਸਲਾ ਵਧੀ ਚੱਲੇ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲਿਆਉਣ ਲਈ ਤੇ ਮਾਲ ਆਉਣਾ ਸ਼ੁਰੂ ਹੋ ਗਿਆ ਦੋਸਤੋ ਜੇ ਤੁਸੀਂ ਵੀ ਵੇਚਣ ਲਈ ਜਾਨਵਰ ਲਿਆਉਣਾ ਕੋਈ ਖਰੀਦਣ ਆਉਣਾ ਤਾਂ ਕੱਲ੍ਹ ਤੋਂ ਮੇਲਾ ਅਫੀਸ਼ਲ ਤੌਰ 'ਤੇ ਚਾਲੂ ਆ ਜੀ ਮੇਲੇ ਵਿੱਚ ਆਇਓ ਮੇਲੇ ਨੂੰ ਭਾਗ ਲਾਇਓ ਤਾਂ ਜੋ ਮੇਲੇ ਦੀ ਰੌਣਕ ਵਧੇ ਤੇ ਆ ਜਾਓ ਵੱਧਦੇ ਹਾਂ ਵੀਡੀਓ ਵੱਲ ਤੇ ਆ ਜਾਓ ਡਿਟੇਲ ਦਈਏ ਨਾਲ ਦੀ ਨਾਲ ਆਹ ਛੋਟੀ ਚੰਬੀ ਬੱਚੀ ਆ ਉਮਰ ਤਕਰੀਬਨ 3.5 ਮਹੀਨੇ ਜੀ ਬਹੁਤ ਸੋਹਣਾ ਕੰਨ ਕੰਡੀਸ਼ਨ ਬਹੁਤ ਸੋਹਣੀ ਆ ਬੱਚੀ ਦੀ ਤੇ ਦੇਖੋ ਥੋੜੇ ਪੈਸਿਆਂ ਵਾਲੇ ਰੇਟ ਆ ਇਹਦਾ ਨਖਰਾ ਬਹੁਤ ਆ ਫੜਾ ਪੱਬ ਨੂੰ ਪੂਰਾ ਬੰਨ ਲਓ ਨਾਲ ਪੱਬ ਬੰਨੀ ਚੱਲ ਨਾਲ ਲੈ ਜਾਂਦੇ ਹਾਂਜੀ ਦੇਖੋ ਹੱਥਾਂ ਪੈਰਾਂ ਦੀ ਸਾਫ਼ ਆ ਵਾਲ ਭੋਰੀਆਂ ਦੀ ਸਾਫ਼ ਆ 3-3.5 ਮਹੀਨੇ ਉਮਰ ਆ ਕੰਨ ਕੰਡੀਸ਼ਨ ਦੇਖੋ ਬਹੁਤ ਸੋਹਣੀ ਕੰਨ ਕੰਡੀਸ਼ਨ ਦੀ ਆ ਤੇ ਇਸ ਤੋਂ ਬਾਅਦ ਆ ਬਸ਼ੀਰਾ ਨੁਕਰਾ ਸੱਜਣੋ ਡਾਇਮੰਡ ਘੋੜੇ ਦਾ ਕੰਨ ਕੰਡੀਸ਼ਨ ਇਹਦੀ ਬਹੁਤ ਟੌਪ ਦੀ ਧੌਣ ਧੌਣ ਜਮਾਂ ਡਾਇਮੰਡ ਦੀ ਇਹ ਖਾਸੀਅਤ ਹੈ ਨੁਕਰਾ ਘੋੜਾ ਬੱਚੇ ਮਾਰਵਾੜੀ ਵਾਲੇ ਕੁਆਲਿਟੀ ਸਾਰੀ ਦਿੰਦਾ ਦੇਖੋ ਨਖਰਾ ਨੁਕਰਾ ਧੌਣ ਪਤਲੀ ਕੰਨ ਕੁੰਨ ਕੁੰਡੀ ਅੱਧੀ ਅੱਧੀ ਕੁੰਡੀ ਮੋੜੀ ਪਈ ਆ ਤੇ ਇਹ ਆ ਜੀ ਰੌਲੀ ਵਾਲੇ ਅਰਜਨ ਦੀ ਪੋਤੀ ਦੇ ਮਨ ਇਹਦੇ ਵੀ ਲੱਗੀ ਸਪੋਟਲੈਸ ਆ ਖੜਨੇ ਖੁੜਨੇ ਆਹ ਬੱਚੀ ਦੀ ਬਹੁਤ ਚੰਗੀ ਹੈ ਦੇਖੋ ਐਨ ਨਖਰਾ ਦਾ ਫੁੱਲ ਆ ਮੋਰਨੀ ਇਹਦਾ ਨਾਂ ਬੱਚੀ ਦਾ ਮੋਰਨੀ ਹੈ ਜੀ ਨੁਕਰੀ ਬੱਚੀ ਦੇ ਖੜਨੇ ਖੁੜਨੇ ਬਹੁਤ ਚੰਗੀ ਆ ਤੇ ਆ ਦੋ ਨੀਲੀਆਂ ਬੱਚੀਆਂ ਮੱਝੂ ਕੇ ਲਾਈ ਦਿਆਂ ਖੋਲਿਆ ਦੇਖੋ ਆਹ ਬੱਚੀ ਦੀ ਵੀ ਤਰਪਾਲ ਪਾਉਂਦਾ ਥੋੜਾ ਜਿਹਾ ਮੇਰੇ ਹਿਸਾਬ ਨਾਲ ਅੰਦਰ ਗਰਮੀ ਜ਼ਿਆਦਾ ਬਣੀ ਹੋਈ ਸੀ ਥੋੜਾ ਥੋੜਾ ਸਾਰੇ ਜਾਨਵਰਾਂ ਨੂੰ ਮੁੜਕਾ ਆਇਆ 16-17 ਮਹੀਨੇ ਦੀ ਬੱਚੀ ਬਹੁਤ ਚੰਗੀ ਹੈ ਦੋ ਪੈਰ ਇਹਦੇ ਚਿੱਟੇ ਤੇ ਦੋ ਹੀ ਪੈਰ ਦੂਜੀ ਦੇ ਚਿੱਟੇ ਆ ਖੜਨੇ ਖੁੜਨੇ ਧੌਣ ਧੌਣ ਬਹੁਤ ਚੰਗੀ ਘੋੜਿਆਂ ਵਾਲੀ ਬਣਤਰੀ ਹੈ ਜਮਾਂ ਉਹਦੇ ਨਾਲ ਬੰਨ੍ਹੋ ਇਹਨੂੰ ਇਹਦੇ ਮੱਥੇ ਪਾਟਾ ਉਮਰ ਬੱਚਿਆਂ ਦੋਨਾਂ ਦੀ ਇਹਦੀ 16-17 ਮਹੀਨੇ ਉਹਦੀ 11 ਮਹੀਨੇ ਬੱਚੀ ਦੀ ਉਮਰ ਇਹ 3 ਰਹਿ ਗਈਆਂ ਨੁਕਰੀਆਂ ਘੋੜੀਆਂ ਜੀ ਉਮਰ ਇਹਨਾਂ ਦੀ ਵੀ ਡਿਟੇਲ ਨਾਲ ਦੀ ਨਾਲ ਦੱਸਦੇ ਹਾਂ ਪਹਿਲੇ ਨੰਬਰ ਵਾਲੀ ਆ ਆਹ ਜਿਹੜੀ ਇਹ ਬਸ਼ੀਰੀ ਹੈ ਦੋ ਦੰਦ ਘੱਲਾਂ ਵਾਲੇ ਚੇਤਕ ਦੀ ਗਰੰਟੀ ਨਾਮ ਮਿੱਤਰੋ ਸਪੋਟਲੈਸ ਆ ਜਮਾਂ ਤੇ ਇਹ ਵੀ ਗੱਭਣ ਆ ਤੇ ਇਹ ਵੀ ਗੱਭਣ ਆ ਹਾਂ ਵੀ ਮਿੱਤਰੋ ਆਹ ਘੋੜੀ ਆਪਣੇ ਵਾਲੇ ਘੋੜੇ ਡਾਇਮੰਡ ਘੋੜੇ ਤੋਂ ਗੱਭਣ ਆ ਦੇਖੋ ਦੇਖੋ ਨਖਰਾ ਨੁਖਰਾ ਘੋੜੀ ਦਾ 5-5.5 ਸਾਲ ਉਮਰ ਆ ਘੋੜੀ ਦੀ ਕਰੋ ਜੀ ਚੈੱਕ ਮਾਰਿਓ ਨਿਗਾਹ ਦੇਖੋ ਨਖਰਾ ਨੁਖਰਾ ਘੋੜੀ ਦਾ ਲਓ ਵੀਰੋ ਦੇਖੋ ਆਹ ਦੇਵਸ਼ਾਲ ਘੋੜੇ ਤੋਂ ਗੱਭਣ 6 ਸਾਲ ਉਮਰ ਤੇ 6 ਮਹੀਨਿਆਂ ਦੀ ਗੱਭਣ ਕਰੋ ਚੈੱਕ ਮਾਰੋ ਨਿਗਾਹ ਦੇਖੋ ਨਖਰਾ ਨੁਖਰਾ ਘੋੜੀ ਦਾ ਜਿਹੜੀ ਆਹ ਬਸ਼ੇਰੀ ਆ ਰਹੀ ਆ ਦੋ ਦੰਦ ਬਸ਼ੇਰੀ ਆ ਆਪ ਗਰੰਟੀ ਨਾਲ ਘੱਲਾਂ ਵਾਲੇ ਚੇਤਕ ਘੋੜੇ ਦੀ ਆ 61 ਇੰਚ ਹਾਈਟ ਆ ਤੇ ਵੀਰੋ ਇਹ ਬੈਲੀ ਘੋੜੇ ਤੋਂ ਗੱਭਣ ਨੱਥੂਆਂ ਵਾਲੇ ਤੋਂ ਚੈੱਕ ਪਾਸ ਆ ਤਿੰਨੇ ਘੋੜੀਆਂ ਵੱਡੀਆਂ ਜਿਹੜੀਆਂ ਨੁਕਰੀਆਂ ਗੱਭਣ ਤਿੰਨੇ ਹੀ ਚੈੱਕ ਪਾਸ ਆ ਇਹ 2 ਮਹੀਨਿਆਂ ਦੀ ਗੱਭਣ ਦੇਖੋ ਗੱਡੀ 'ਚ ਖੜ੍ਹੀ ਅਤੇ ਆ ਰਹੀ ਹੈ ਦੇਖ ਨਖਰਾ ਨੁਖਰਾ ਦੇਖੋ ਬਾਈ ਇਹਦਾ ਦੇਖੋ
मारो निगाह घोड़ी च, खड़नी खुड़नी देखो, नखरा नुखरा देखो घोड़ी का। देखो भाई धौन धून देखो, बहुत चंगी बच्ची आ, स्पॉटलैस बच्ची आ, एक भी स्पॉट नहीं, दो दंद हुई आ। इहदी मां भी नुकरी आ, ते कल्लां वाले चेतक घोड़े दी आ इह गरंटी नाल। देखो भाई धौन धून देखो घोड़ी दी, खड़नी खुड़नी देखो घोड़ी दी, ते कन्न कुन्न देखो। जानवर लाई आ ते आउंदे भाई हुणी देखण आ गए आ। देखो भाई आपां जानवर गड्डी चो लाई आ ते देखण आउण लग गए।